ਭਾਰਤੀ ਮੌਸਮ ਵਿਭਾਗ ਦੀ ਸਹਾਇਤਾ ਦੇ ਨਾਲ ਜਾਣਦੇ ਹਾਂ ਕਿ 19 ਦਸੰਬਰ 2020 ਤੱਕ ਉੱਤਰ-ਪੱਛਮ ਭਾਰਤ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗੱਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਹਵਾਲਾ ਦੇ ਰਿਹਾ ਹਾਂ ਵੈਦਰ ਫੋਰਕਾਸਟ ਬਲਿਟਨ ਦਾ ਜਿਹੜਾ ਕਿ 15 ਦਸੰਬਰ 2020 ਨੂੰ ਸ਼ਾਮ ਦੇ 8:15 ਤੇ ਜਾਰੀ ਹੋਇਆ ਹੈ ਸਭ ਤੋਂ ਪਹਿਲਾਂ ਇਹ ਸੈਟੇਲਾਈਟ ਮੈਪਸ ਦੇਖ ਲਈਏ ਕਿ ਇਹ ਪਛਮੀ ਡਿਸਟਰਬੈਂਸ ਅੱਗੇ ਨਿਕਲ ਰਿਹਾ ਹੈ ਨਵਾਂ ਪਛਮੀ ਡਿਸਟਰਬੈਂਸ ਪਿੱਛੇ ਆਉਣ ਵਾਲਾ ਜਿਹੜਾ ਕਿ 22 ਤੋਂ 24 ਦਸੰਬਰ ਦੇ ਨੇੜੇ ਏਰੀਆ ਨੂੰ ਪ੍ਰਭਾਵਿਤ ਕਰੇਗਾ ਇਹਦਾ ਪ੍ਰਭਾਵ ਕਿਸ ਤਰੀਕੇ ਦਾ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਾਂਗੇ ਪ੍ਰੰਤੂ ਜਿਹੜੀ ਹੁਣ ਉਥਲ-ਪੁਥਲ ਮੌਸਮ ਦੇ ਵਿੱਚ ਹੋ ਰਹੀ ਹੈ ਉਹਦੇ ਵਿੱਚ ਆਪਾਂ ਜੇ ਦੇਖੀਏ ਤਾਂ ਅਗਲੇ 2 ਦਿਨ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਕੁਝ ਪਾਕਟਸ ਦੇ ਵਿੱਚ ਕੁਝ ਜਗ੍ਹਾ ਦੇ ਵਿੱਚ ਕੋਲਡ ਡੇ ਕੰਡੀਸ਼ਨਸ ਬਣੀਆਂ ਰਹਿਣਗੀਆਂ ਤੇ ਨਾਲ ਹੀ ਇਹ ਸੰਭਾਵਨਾ ਹੈ ਕਿ ਕੁਝ ਥਾਵਾਂ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ਗੰਗਾ ਨਗਰ ਹਰਮਾਨਗੜ੍ਹ ਇੱਥੇ ਠੀਤ ਲਹਿਰ ਚੱਲਣ ਦੀ ਸੰਭਾਵਨਾ ਹੈ ਤੇ 18 ਤੇ 19 ਦਸੰਬਰ ਦੇ ਨੇੜੇ ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਇਹ ਸ਼ੀਥ ਲੇਅਰ ਆਪਣਾ ਹੋਰ ਵੀ ਜ਼ਿਆਦਾ ਕਹਿਰ ਟਾਵੇਗੀ ਮਤਲਬ ਕਿ ਬਹੁਤ ਠੰਡੀ ਹੋ ਜਾਏਗੀ। ਤਾਂ ਜਿਹੜੇ ਕਿਸਾਨ ਵੀਰ ਅੰਦੋਲਨ ਦੇ ਵਿੱਚ ਦਿੱਲੀ ਦੇ ਬਾਰਡਰ ਤੇ ਬੈਠੇ ਐ ਤਾਂ ਦੋਸਤੋ ਪੌ ਦਾ ਮਹੀਨਾ ਆ ਗਿਆ ਹੈ। ਸ਼ੀਦੀ ਦਿਹਾੜੇ ਜਿਹੜੇ ਸ਼ੁਰੂ ਹੋ ਗਏ ਐ ਤਾਂ ਮੈਂ ਉਹਨਾਂ ਨੌਜਵਾਨਾਂ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਪੌ ਦੇ ਮਹੀਨੇ ਦੀ ਇਹ ਜਿਹੜੀ ਠੰਡ ਹੈ ਜਿਹਦੇ ਵਿੱਚ ਪਾਸ਼ਾ ਨੂੰ ਆਪਣੇ ਪਰਿਵਾਰ ਦੇ ਨਾਲ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਰਹੇ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਪੌ ਦੀਆਂ ਜਿਹੜੀਆਂ ਠੰਡੀਆਂ ਰਾਤਾਂ ਠੰਡੇ ਬੁਰਜ ਦੇ ਵਿੱਚ ਗੁਜ਼ਾਰੀਆਂ ਹੋਣਗੀਆਂ ਤਾਂ ਮੇਰੇ ਇਹ ਜਿਹੜੇ ਵੀ ਸੜਕਾਂ ਤੇ ਬੈਠੇ ਐ ਇਹ ਜ਼ਰੂਰ ਸੋਚ ਲੈਣ ਕਿ ਅਸੀਂ ਉਹਨਾਂ ਦੇ ਬੱਚੇ ਹਾਂ ਸਾਡੇ ਪੂਰਵਜਾਂ ਨੇ ਕਿਹੋ ਜੀ ਜਗ੍ਹਾ ਤੇ ਕਿਸ ਤਰੀਕੇ ਦੇ ਨਾਲ ਠੰਡ ਦੇ ਵਿੱਚ ਦਿਨ ਕੱਟੇ ਹੈ ਤਾਂ ਉੱਥੋਂ ਸਾਨੂੰ ਹੌਸਲਾ ਸਾਨੂੰ ਨਿਡਰਤਾ ਸ਼ਾਂਤਮਈ ਢੰਗ ਦੇ ਨਾਲ ਜੋਰ ਤੇ ਜ਼ਬਰ ਨੂੰ ਸਹਿਣ ਕਰਨ ਦੀ ਤਾਕਤ ਜਿਹੜੀ ਹੈ ਸਾਨੂੰ ਉੱਥੋਂ ਮਿਲਦੀ ਹੈ ਤਾਂ ਅਸੀਂ ਇਹ ਯਾਦ ਰੱਖੀਏ ਕਿ ਸਾਡੇ ਗੁਰੂਆਂ ਨੇ ਸਾਨੂੰ ਕੀ ਸਿਖਾਇਆ ਹੈ ਤਾਂ ਇਸ ਲਈ ਸਾਰੇ ਜ਼ੁਲਮ ਤੇ ਜ਼ਬਰ ਨੂੰ ਸ਼ਾਂਤਮਈ ਸੰਦੇ ਹੋਏ ਇਸ ਅੰਦੋਲਨ ਨੂੰ ਜਿਹੜਾ ਹੈਗਾ ਕਿਸਾਨ ਵੀਰ ਉੱਥੇ ਜਾਰੀ ਰੱਖੇ ਹੋਏ ਹੈ ਤੇ ਉਹ ਇਹ ਜ਼ਰੂਰ ਸਮਝਣ ਕਿ ਇਹ ਪਵ ਦਿਨ ਜਿਹੜੇ ਸ਼ਹੀਦੀ ਦੇ ਦਿਨ ਹੈ ਇਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਸਾਡੀ ਮਾਤਾ ਜੀ ਜਾਂ ਸਾਡੇ ਛੋਟੇ-ਛੋਟੇ ਸਹਬਜਾਦੇ ਇਹਨਾਂ ਠੰਡੀਆਂ ਰਾਤਾਂ ਦੇ ਵਿੱਚ ਉਹਨਾਂ ਨੇ ਕਿੰਨੀ ਮੁਸ਼ਕਲ ਦੇ ਨਾਲ ਦਿਨ ਕੱਟੇ ਹੋਣਗੇ ਤਾ ਦੋਸਤੋ ਇਸ ਤੋਂ ਇਲਾਵਾ ਜੇ ਅਸੀਂ ਅੱਜ ਗੱਲ ਕਰੀਏ ਕਿ ਘੱਟ ਤੋਂ ਘੱਟ ਤਾਪਮਾਨ ਹਿਸਾਰ ਦੇ ਵਿੱਚ 3 ਡਿਗਰੀ ਸੈਲਸੀਅਸ ਤੇ ਡਿੱਗਿਆ ਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਨੋਟ ਕੀਤਾ ਗਿਆ ਕੌਂਕਣ ਤੇ ਗੋਵਾ ਦਾ 19 ਤਰੀਕ ਤੱਕ ਮੌਸਮ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ ਮੌਸਮ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਾਖੰਡ ਹਿਮਾਚਲ ਪ੍ਰਦੇਸ਼ ਪੱਛਮੀ ਰਾਜਸਥਾਨ ਕਿਤੇ ਵੀ ਵਰਖਾ ਹੋਣ ਦੀ ਸੰਭਾਵਨਾ ਨਹੀਂ ਹੈਗੀ ਵਾਰਨਿੰਗ ਕਾਦੀ ਹੈ ਸ਼ੀਤ ਲਹਿਰ ਦੀ ਹੈ ਤੇ ਸ਼ੀਤ ਲਹਿਰ ਦੀ ਵਾਰਨਿੰਗ ਸਭ ਤੋਂ ਪਹਿਲਾਂ ਕਿੱਥੇ ਹੈ ਕੇਂਦਰ ਸ਼ਾਸਿਤ ਚੰਡੀਗੜ੍ਹ ਦੇ ਵਿੱਚ ਤੇ ਇਹ ਵਾਰਨਿੰਗ ਖਾਸ ਤੌਰ ਤੇ ਪੰਜਾਬ ਦੇ ਵਿੱਚ 18 ਦਸੰਬਰ 2020 ਤੱਕ ਹੈ ਇਹ ਕਿਹੜੇ ਕਿਹੜੇ ਜ਼ਿਲ੍ਹੇ ਆ ਜੀ ਜਿੱਥੇ ਸ਼ੀਤ ਲਹਿਰ ਚੱਲ ਸਕਦੀ ਹੈ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਾਹ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਲਕਾ ਫਰੀਦਕੋਟ ਮੁਕਤਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇੱਥੇ ਜਿਹੜਾ ਹੈਗਾ ਕੁਝ ਥਾਵਾਂ ਦੇ ਉੱਪਰ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ ਜਿਸ ਦੀ ਕੇ ਜੈਲੋ ਵਾਰਨਿੰਗ ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਜੈਲੋ ਵਾਰਨਿੰਗ ਦਾ ਮਤਲਬ ਹੁੰਦਾ ਹੈ ਕਿ ਇਸ ਤਰੀਕੇ ਨਾਲ ਘਟ ਵੀ ਸਕਦੀ ਹੈ ਤੇ ਬਦਲ ਵੀ ਸਕਦੀ ਹੈ ਜੇਕਰ ਤੁਸੀਂ हरियाणा ਦੀ ਗੱਲ ਕਰੋਗੇ ਤਾਂ ਹਰਿਆਣਾ ਦੇ ਵਿੱਚ ਵੀ yellow warning ਹੈ ਇਹ ਪੰਚਕੁਲਾ ਅੰਬਾਲਾ ਯਮਨਾ ਨਗਰ ਕੁਰਕਸ਼ੇਤਰ ਕੈਥਲ ਕਰਨਾਲ ਮਹਿੰਦਰਗੜ ਰਿਵਾੜੀ ਝੱਜਰ ਗੁਰੂਗ੍ਰਾਮ ਮਿਵਾਤ ਪਲਵਲ ਫਰੀਦাবাদ ਰੋहतक ਸੋਨੀਪੱਤ ਪਾਣੀਪਤ ਸਿਰਸਾ ਫਤਿਆਬਾਦ ਹਿਸਾਰ ਜੀਨ ਬਿਵਾਨੀ ਚਰਖੀਦਾਦਰੀ ਲਗਭਗ ਸਾਰੇ ਹੀ ਹਰਿਆਣਾ ਦੇ ਵਿੱਚ ਸ਼ੀਤ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਕੁਝ ਨਾ ਕੁਝ ਥਾਵਾਂ ਦੇ ਉੱਪਰ ਪੂਰਾ ਜ਼ਿਲ੍ਹਾ ਕਵਰ ਨਹੀਂ ਹੋ ਰਿਹਾ ਕੁਝ ਕੁਝ ਥਾਵਾਂ ਦੇ ਉੱਪਰ ਕੁਝ ਪੋਕਟਸ ਦੇ ਵਿੱਚ ਸ਼ੀਤ ਲਹਿਰ ਚੱਲਣ ਦੀ yellow warning ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਇਹੀ yellow warning ਗੰਗਾ ਨਗਰ ਹਨੂਮਾਨਗੜ ਦੇ ਵਿੱਚ ਤੁਸੀਂ ਦੇਖੋਗੇ ਕਿ 16 17 18 19 ਅਤੇ 20 ਦਸੰਬਰ 2020 ਤੱਕ ਸ਼ੀਤ ਲਹਿਰ ਚੱਲਣ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਗੰਗਾ ਨਗਰ ਹਰਮਾਨਗੜ ਦੇ ਵਿੱਚ ਵੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਸ ਸਮੇਂ ਦਰਾਂ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਬਿਆਨ ਕੀਤੀ ਗਈ ਹੈ ਤਾਂ ਦੋਸਤੋ ਜੇਕਰ ਗੱਲ ਕਰੀਏ ਜੰਮੂ ਦੀ ਤੇ ਜੰਮੂ ਦੇ ਵਿੱਚ ਧੁੰਦ ਛਾਈ ਰਹਿਣ ਤੇ ਕਿਉਂਕਿ ਜੰਮੂ ਦੇ ਉੱਪਰ ਜਿਹੜੇ ਪੱਛਮੀ ਡਿਸਟਰਬੈਂਸ ਹੈ ਉਹਨਾਂ ਦਾ ਅਸਰ ਪਏਗਾ ਇਸ ਕਰਕੇ ਸ਼ੀਤ ਲਹਿਰ ਚੱਲਣ ਦੀ ਇੱਥੇ ਕੋਈ ਸੰਭਾਵਨਾ ਨਹੀਂ ਹੈਗੀ ਪਰੰਤੂ ਤਾਪਮਾਨ ਜਿਹੜਾ ਹੈਗਾ ਰਾਤ ਦਾ 8 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ ਤੇ ਆਸਮਾਨ ਦੇ ਵਿੱਚ ਹਲਕੇ ਫੁਲਕੇ ਬੱਦਲ ਛਾਈ ਰਹ ਸਕਦੇ ਆ ਜਿਹਦੇ ਕਰਕੇ ਇਹਨਾਂ ਦਾ ਸ਼ੀਤ ਲਹਿਰ ਤੋਂ ਬਚਾਅ ਹੋਣ ਦੀ ਸੰਭਾਵਨਾ ਹੈ ਪਰੰਤੂ ਦਿਨ ਦੇ ਤਾਪਮਾਨ ਜੇ ਤੁਸੀਂ ਦੇਖੋਗੇ ਤੇ ਆਮ ਨਾਲੋਂ ਕਾਫੀ ਜ਼ਿਆਦਾ ਥੱਲੇ ਡਿੱਗ ਚੁੱਕੇ ਹੈ 20 ਡਿਗਰੀ ਤੋਂ ਥੱਲੇ ਵੀ ਆ ਚੱਲੇ ਹੈ ਤਾਂ ਦੋਸਤੋ ਇਹ ਸੀ ਆ ਮੌਸਮ ਜਿਹੜਾ ਕਿ ਭਾਰਤੀ ਮੌਸਮ ਵਿਭਾਗ ਦੀ ਮਦਦ ਦੇ ਨਾਲ ਤੁਹਾਨੂੰ ਦੱਸਿਆ ਗਿਆ ਹੈ ਇਸ ਤੋਂ ਬਾਅਦ ਜਿਹੜਾ ਪੱਛਮੀ ਡਿਸਟਰਬੈਂਸ ਆਏਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਪ੍ਰਭਾਵ ਪਾਉਂਦਾ ਉਹ ਤੁਹਾਨੂੰ ਜਿਹੜਾ ਹੈਗਾ ਦੱਸ ਦਿੱਤਾ ਜਾਏਗਾ ਜੇਕਰ ਤੁਸੀਂ ਇਹ ਪੂਰੇ ਭਾਰਤ ਦਾ ਮਨਚਿੱਤਰ ਦੇਖੋਗੇ ਤਾਂ ਤੁਹਾਨੂੰ ਇੱਥੇ ਸਮਝ ਆਏਗਾ ਕਿ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਤੇ ਪੂਰੇ ਰਾਜਸਥਾਨ ਦੇ ਵਿੱਚ ਇਸ 16 ਤਰੀਕ ਨੂੰ ਸ਼ੀਤ ਲਹਿਰ ਦੀ ਵਾਰਨਿੰਗ ਜੈਲੋ ਵਾਰਨਿੰਗ ਜਾਰੀ ਹੋਈ ਹੈ ਇਸੇ ਤਰੀਕੇ ਦੇ ਨਾਲ ਇਸ ਤੋਂ ਅੱਗੇ ਜੇ 17 ਨੂੰ ਦੇਖੋਗੇ ਤਾਂ 17 ਨੂੰ ਜਿਹੜਾ ਹੈਗਾ orange color ਦੇ ਵਿੱਚ warning ਦਿੱਲੀ ਵਾਲੇ ਨੇ ਜਾਰੀ ਕਰਤੀ ਹੈ ਇਹ ਕਿੱਥੇ-ਕਿੱਥੇ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਦਿੱਲੀ ਤੇ ਪੂਰਾ ਰਾਜਸਥਾਨ ਕਿ ਇੱਥੇ orange color ਦੀ warning ਹੈ ਕਿ ਸ਼ੀਤ ਲਹਿਰ ਚੱਲ ਸਕਦੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਸ਼ੀਤ ਲਹਿਰ ਦੀ yellow warning ਹੈ ਜਿਹੜੀ ਕਿ ਬਦਲ ਸਕਦੀ ਹੁੰਦੀ ਹੈ ਪਰੰਤੂ ਦਿੱਲੀ ਅਤੇ ਗੰਗਾ ਨਗਰ ਹਰਮਾਨਗੜ੍ਹ ਤੇ ਹਰਿਆਣਾ ਦੇ ਵਿੱਚ orange warning ਇਹਨਾਂ ਨੇ ਜਾਰੀ ਕੀਤੀ ਹੈ 18 ਦਸੰਬਰ ਨੂੰ ਫੇਰ orange warning ਹੈ ਇਹ ਰਾਜਸਥਾਨ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਜਦੋਂ ਕਿ ਪੰਜਾਬ ਦੇ ਵਿੱਚ yellow warning ਹੈ ਸ਼ੀਤ ਲਹਿਰ ਇਹ ਚੱਲਣ ਦੀ ਇਸੇ ਤਰੀਕੇ ਦੇ ਨਾਲ 19 ਦੇ ਵਿੱਚ ਕਿਸੇ ਕਿਸਮ ਦੀ ਕੋਈ warning ਨਹੀਂ ਹੈਗੀ ਤਾਂ ਦੋਸਤੋ ਇਹ ਟਾਈਮ ਹੈ ਜਦੋਂ ਕਿ ਇੱਕਦਮ ਠੰਡ ਵਧੇਗੀ ਤਾਂ ਇਸ ਠੰਡ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਾਡੇ ਪਾਲਤੂ ਪਸ਼ੂ ਹੈ ਉਹਨਾਂ ਦੀ ਦੇਖਭਾਲ ਵੱਲ ਖਾਸ ਤੌਰ ਤੇ ਧਿਆਨ ਦਿਵੋ ਸਾਡੇ ਬਜ਼ੁਰਗ ਸਾਡਾ ਸਰਮਾਇਆ ਹੈ ਤੇ ਸਾਡੇ ਬੱਚੇ ਸਾਡਾ ਭਵਿੱਖ ਹੈ ਤਾਂ ਇਹ ਸਰਦੀ ਦੇ ਵਿੱਚ ਇਹਨਾਂ ਦੋਨਾਂ ਦੀ ਹੀ ਚੰਗੇ ਤਰੀਕੇ ਦੇ ਨਾਲ ਸੰਭਾਲ ਕਰੋ ਕਿਉਂਕਿ ਬਜ਼ੁਰਗਾਂ ਅਤੇ ਬੱਚਿਆਂ ਦੇ ਉੱਪਰ ਠੰਡ ਆਪਣਾ ਜ਼ਿਆਦਾ ਅਸਰ ਪਾਉਂਦੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਬਜ਼ੁਰਗ ਅਤੇ ਬੱਚੇ ਦੋਨਾਂ ਦਾ ਖਾਸ ਧਿਆਨ ਰੱਖੋ